ਭਾਵਨਾ ਮਨਾਇਆ ਜਾ ਰਿਹਾ ਵਾ। ਮੇਰੇ ਨਾਲ ਸ਼ਹਿਰ ਵਾਸੀ ਵੀ ਅੱਗੇ ਗੱਲਬਾਤ ਵੀ ਕਰਾਂਗੇ ਔਰ ਵੱਖ ਵੱਖ ਤਰ੍ਹਾਂ ਦੀ ਜਨਾਲਿਆਂ ਦੇ ਵਿੱਚ ਰੇਹੜੀਆਂ ਲੱਗੀਆਂ ਹੋਈਆਂ, ਫੁੱਲਿਆਂ ਦੀਆਂ ਰੇਹੜੀਆਂ ਲੱਗੀਆਂ ਹੋਈਆਂ ਔਰ ਰੋਹ ਦੀਆਂ ਰੇਹੜੀਆਂ ਲੱਗੀਆਂ ਹੋਈਆਂ ਔਰ ਵੱਖ ਵੱਖ ਲੋਕ ਵੀ ਇੱਥੇ ਜਿਹੜੇ ਖਰੀਦਾ ਫਰੋਸਤ ਕਰਨ ਵਾਸਤੇ ਆਏ ਹੋਏ ਆ ਮੇਰੇ ਨਾਲ ਇੱਥੇ। ਉਹ ਭਾਈ ਕਿੱਦਾਂ ਤੁਹਾਡਾ ਜੀ? ਹਰਜਿੰਦਰ ਸਿੰਘ ਜੀ। ਭਾਈ ਅੱਜ ਕਿਸ ਤਰ੍ਹਾਂ ਦਾ ਲੋਹੜੀ ਦਾ ਤਿਉਹਾਰ ਕਿਸ ਤਰ੍ਹਾਂ ਲੱਗ ਰਿਹਾ? ਬਹੁਤ ਵਧੀਆ ਜੀ। ਇਹ ਇਤਿਹਾਸ ਜੀ ਮਹਾਰਾਜ ਦੇ ਗੁਰੂ ਅਰਜਨ ਦੇਵ ਨੇ, ਗੁਰੂ ਰਾਮਦਾਸ ਨੇ ਜਿਹੜੇ ਇਤਿਹਾਸ ਹੈ ਸਾਰੇ ਉਹਨਾਂ ਦੇ ਚੱਲਦੇ ਆਉਂਦੇ ਆ। ਹਾਂਜੀ, ਇਹ ਪੰਜਾਬੀ ਏਕਤਾ ਦੇ ਹਿਸਾਬ ਨਾਲ ਸਾਰੇ ਜਿਹੜੇ ਪੰਜਾਬੀ ਜਿਹੜੇ ਆ ਸਾਰੇ ਇਤਿਹਾਸਾਂ ਨੂੰ ਮੰਨਦੇ ਆ ਜੀ। ਜਿਸ ਤਰ੍ਹਾਂ ਪਹਿਲਾਂ ਦੀਵਾਲੀ ਹੋਈ, ਰੱਖੜੀ ਹੋਈ, ਜਿਹੜੀ ਲੋਹੜੀ, ਜਿਸ ਤਰ੍ਹਾਂ ਪਹਿਲਾਂ ਮੁੰਡੇ ਕੁੜੀਆਂ ਮੰਗਦੇ ਸੀ, ਹੁਣ ਅੱਜ ਕੱਲ੍ਹ ਘੱਟ ਆ, ਕੀ ਗੱਲ? ਵੇਖੋ ਜੀ, ਹੁਣ ਉੱਦਾਂ ਹੀ ਜਿਹੜਾ ਲੋਕ ਨਹੀਂ ਇਹ ਗੱਲ ਹੈ ਉੱਦਾਂ ਸਾਰੇ ਮੰਨਦੇ ਆ। ਹੁਣ ਹੁਣ ਜਿਹੜੇ ਸਿਆਣੇ ਜੀ ਦਾ ਵਿਆਹ ਗਿਆ ਜਾਂ ਉਹ ਨਹੀਂ ਹੁਣ ਇਹ ਗੱਲ ਆ, ਬਾਕੀ ਜਿਹੜੇ ਬੱਚੇ ਆ ਨਾ ਅਜੇ ਪੂਰਾ ਉਸੇ ਤਰ੍ਹਾਂ ਹੀ ਇਤਿਹਾਸ ਜਿਹੜਾ ਵਾ ਗਾਉਂਦੇ ਆ। ਲੋਹੜੀ ਦਾ ਇਤਿਹਾਸ ਜਿਹੜਾ ਜਿੰਨਾ ਤਰ੍ਹਾਂ ਪੱਟੀ ਵਾਲਾ, ਦੁੱਲੇ ਪੱਟੀ ਵਾਲਾ, ਏਦਾਂ ਇਤਿਹਾਸ ਜਿਹੜੇ ਆ ਸਾਰੇ ਉਹ ਆਪਣੇ ਜਿਹੜਾ ਦੁੱਲਾ ਪੱਟੀ ਵਾਲਾ ਉਹਦਾ ਕੁਛ ਪਤਾ ਕੀ ਕੌਣ ਸੀ, ਕੀ ਚੱਕਰ ਨਹੀਂ ਇਹਦਾ ਨਹੀਂ ਬਾਰੇ ਪਤਾ। ਤੇ ਜਿਸ ਤਰ੍ਹਾਂ ਅੱਜ ਲੋਹੜੀ ਦਾ ਤਿਉਹਾਰ, ਮੌਸਮ ਠੰਡਾ ਵਾ, ਜਿਸ ਤਰ੍ਹਾਂ ਪਤੰਗਬਾਜ਼ੀ ਵੀ ਪਤੰਗਬਾਜ਼ੀ ਡਰ ਰਹੇ ਆ, ਤੇ ਅੱਜ ਜੰਡਿਆਲਾ ਗੁਰੂ ਤੇ 2:30 ਵਜੇ ਦਾ ਸਮਾਂ ਹੋ ਗਿਆ, ਜਿਹਦਾ ਵੀ ਧੁੱਪ ਨਹੀਂ ਨਿਕਲੀ। ਹਾਂਜੀ, ਮੌਸਮ ਥੋੜ੍ਹਾ ਜਿਹਾ ਖਰਾਬ ਹੋਣ ਕਰਨ ਕਰਕੇ ਨਾ, ਤੇ ਜਿਹੜੇ ਆ ਸੰਗਤ ਜਿਹੜੀ ਆ ਬਾਹਰ ਵੀ ਬਾਹਰ ਅੰਦਰ ਘੱਟ ਨਿਕਲੀ ਹੈ। ਹਾਂ, ਹੁਣ ਥੋੜ੍ਹਾ ਜਿਹਾ ਅੱਠ ਰਿਹਾ ਜੋ, ਤੇ ਹੁਣ ਇਹਦੇ ਨਾਲ ਸੰਗਤ ਜਿਹੜੀ ਆ ਬਾਜ਼ਾਰਾਂ 'ਚ ਰੌਣਕ ਮੇਲਾ ਵੇਖਣ ਨੂੰ, ਜਿੰਨਾ ਖਰੀਦਬਾਰੀ ਕਰਨ ਵਾਸਤੇ, ਕਿਉਂ ਰਾਤ ਨੂੰ ਇਹਨਾਂ ਨੇ ਭੁੱਗਾ ਬਾਲਣਾ। ਇਹ ਲੋਹੜੀ ਜਿਹੜੀ ਆ ਰਾਤ ਦੇ ਟਾਈਮ ਪਾਥੀਆਂ ਦਾ ਭੁੱਗਾ ਬਣਾ ਕੇ ਅਤੇ ਉਹਦੀ ਰੱਖੜੀ ਅਤੇ ਆਪਣਾ ਰੇੜੀ ਅਤੇ ਮੂੰਗਫਲੀ ਇਹਦੀ ਪੂਜਾ ਕਰਦੇ ਆ। ਪੂਜਾ ਕਰਕੇ ਫਿਰ ਉਹਨਾਂ ਨੇ ਜਿੰਨੀਆਂ ਬੀਬੀਆਂ ਬੱਚੇ ਜਿੰਨੇ ਬੈਠੇ ਹੋਣੇ ਲਾਗੇ ਇਹ ਸਾਰਿਆਂ ਨੂੰ ਵੰਡਣੇ, ਅਤੇ ਫਿਰ ਉਹਨਾਂ ਨੇ ਲੋਹੜੀ ਦਾ ਵੱਖ ਵੱਖ ਉਹਨਾਂ ਨੇ ਸਾਰਿਆਂ ਨੇ ਗੀਤ ਗਾਉਣੇ। ਅਤੇ ਅੱਜ ਦੇ ਦਿਨ ਜਿਸ ਤਰ੍ਹਾਂ ਜਿਨ੍ਹਾਂ ਦਾ ਨਵਾਂ ਨਵਾਂ ਵਿਆਹ ਹੋਇਆ, ਜਿਸ ਤਰ੍ਹਾਂ ਪੋਤਰੇ ਬੱਚੇ ਜਿਸ ਤਰ੍ਹਾਂ ਛੋਟੇ ਛੋਟੇ ਬੱਚੇ ਜਨਮ ਲੈਂਦੇ ਆ, ਉਹਦੀ ਲੋਹੜੀ ਵੀ ਵੰਡਦੇ ਆ? ਹਾਂਜੀ, ਲੋਹੜੀ ਵੰਡਦੇ ਆ ਜੀ, ਬੱਚਿਆਂ ਦੀ ਜਿਹੜਾ ਬੱਚੇ ਦੀ ਵੀ ਵੰਡਦੇ ਆ, ਗੁੱਡੀਆਂ ਦੀ ਵੀ ਅੱਜ ਕੱਲ੍ਹ ਮੰਗਣ, ਜਾਂ ਨਵਾਂ ਜੋੜਾ ਵਿਆਹ ਉਹਨਾਂ ਦੇ ਵਿਆਹ ਵਾਸਤੇ ਉਹ ਵੀ ਸਾਰੇ ਗੜੀ, ਜਿਨ੍ਹਾਂ ਨੇ ਗੜੇ ਬੱਚੇ ਕੁਆਰੇ ਆ ਉਹਨਾਂ ਦੇ ਜਿਸ ਤਰ੍ਹਾਂ ਉਹਨਾਂ ਬੱਚਿਆਂ ਜਦੋਂ ਮੰਗਣ ਆਉਂਦੇ ਆ ਉਹਨਾਂ ਨੂੰ ਦਿੰਦੇ ਆ ਵੀ ਤੁਸੀਂ ਇਹ ਫਲਾਣੇ ਦੇ ਲੋਹੜੀ ਜਿਹੜੀ ਆ ਗਾਓ, ਉਸੇ ਤਰ੍ਹਾਂ ਉਹ ਫਿਰ ਉਸੇ ਤਰ੍ਹਾਂ ਹੀ ਉਹਦੇ ਉਹਦੇ ਇਤਿਹਾਸ 'ਤੇ ਉਹਦਾ ਨਾਂ ਲੈ ਕੇ ਲੋਹੜੀ ਗਾਉਂਦੇ ਆ ਸਾਰੇ। ਲੋਕ ਮਨ ਦੀ ਮੁਰਾਦ ਜਿਸ ਤਰ੍ਹਾਂ ਉਹ ਵੀ ਮੰਨਦੇ ਆ ਜਿਸ ਤਰ੍ਹਾਂ, ਹੈ ਨਾ? ਅਤੇ ਪੰਜਾਬੀ ਜਿਹਨੇ ਜੋ ਵੀ ਆ ਨਾ ਇਤਿਹਾਸ ਨੂੰ ਬਹੁਤ ਵਧੀਆ, ਦੀਵਾਲੀ ਹੋਈ, ਰੱਖੜੀ ਹੋਈ, ਲੋਹੜੀ ਹੋਈ, ਵੇਖ ਲਓ ਸਾਰੇ ਇਤਿਹਾਸ ਜਿਹੜੇ ਆ ਬਹੁਤ ਗੁਰੂ ਮਹਾਰਾਜ ਦੇ ਸਾਰੇ ਲਿਖੇ ਉਹਨਾਂ ਦੇ ਬਚਨਾਂ 'ਤੇ ਸਾਰੇ ਉਤਰਨ ਲਏ। ਹਾਂਜੀ, ਇਹ ਜਿਸ ਤਰ੍ਹਾਂ ਰੋਹ ਦਾ ਕੀ ਮਹੱਤਵ? ਰੋਹ ਅੱਜ ਵੇਖੋ, ਰੋਹ ਦੇ ਵਿੱਚ ਕਿੰਨੇ ਲੋਕ ਇਕੱਠੇ ਹੋਏ ਆ, ਫੁੱਲੇ ਲੈਣ ਵਾਸਤੇ ਇਕੱਠੇ ਹੋਏ ਆ। ਇਹ ਰੋਹ ਜਿਹੜੀ ਹੁੰਦੀ ਆ ਨਾ, ਇਹ ਰੋਹ ਤਾਂ ਰਾਤ ਨੂੰ ਖੀਰ ਬਣਾਈ ਜਾਂਦੀ ਹੈ, ਉਹ ਰਿੱਧੀ ਮਾਂ ਖਾਧੀ, ਇਹ ਉਹਨੇ ਰਾਤ ਨੂੰ ਗੀਤ ਗਾਉਂਦੇ ਆ। ਸਵੇਰੇ ਮਹਾਰਾਜ ਸਵੇਰੇ ਉੱਠਦੇ ਆ ਸੰਗਤ ਜਿਹੜੀ ਆ, ਰਾਤ ਨੂੰ ਖੀਰ ਬਣ ਜਾਣੀ ਆ, ਇਹਨੂੰ ਭੋਗ ਨਹੀਂ ਲਾਉਣਾ, ਸਵੇਰੇ ਉੱਠਦਿਆਂ ਹੀ ਇਹਨੂੰ ਛਕਣਾ, ਪਹਿਲਾਂ ਇਹ ਪ੍ਰਸ਼ਾਦ ਛੱਕ ਕੇ ਅਤੇ ਫਿਰ ਚਾਹ ਪੀਣੀ। ਬਹੁਤ ਵਧੀਆ ਨਾਲ ਜਾਣਕਾਰੀ ਦਿੱਤੀ ਆ ਵੀ ਜਿਸ ਤਰ੍ਹਾਂ ਜਿਹੜਾ ਲੋਹੜੀ ਦਾ ਤਿਉਹਾਰ ਦੇ ਉੱਤੇ ਜਿਹੜਾ ਜਿਹੜੀ ਖੀਰ ਬਣਦੀ ਆ
ਉਹਦੇ ਬਾਰੇ ਵੀ ਦੱਸਿਆ ਇਹਨਾਂ ਨੇ ਵੀ ਜਿਸ ਤਰ੍ਹਾਂ ਖੀਰ ਜਿਹੜੀ ਆ ਰਾਤ ਨੂੰ ਦਿੱਤੀ ਜਾਂਦੀ ਆ, ਔਰ ਸਵੇਰੇ ਜਿਹੜਾ ਸੰਗਰਾਂਦ ਵਾਲੇ ਦਿਨ ਨਵਾਂ ਮਹੀਨਾ ਜਿਹੜਾ ਸ਼ੁਰੂ ਹੋਣਾ ਵਾ, ਉਹਦੇ ਸੰਬੰਧ ਵਿੱਚ ਜਿਹੜਾ ਵਾ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਲੋਕ ਜਿਹੜਾ ਉਹਦਾ ਭੋਗ ਜਿਹੜਾ ਲਗਾ ਕੇ ਉਸ ਤੋਂ ਬਾਅਦ ਆਪਣੇ ਪਰਿਵਾਰ ਵਿੱਚ ਜਿਹੜਾ ਵੰਡ ਕੇ ਛਕਦੇ ਆ। ਰੋਹ ਦਾ ਮਹੱਤਵ ਆ, ਇਹਨਾਂ ਨੇ ਇਹ ਵੀ ਦੱਸਿਆ ਵਾ ਵੀ ਜਿਸ ਤਰ੍ਹਾਂ ਲੋਹੜੀ ਦਾ ਤਿਉਹਾਰ ਜਿਸ ਤਰ੍ਹਾਂ ਮਨਾ ਰਿਹਾ ਉਹਦੇ ਵਿੱਚ ਜਿਸ ਤਰ੍ਹਾਂ ਨਵੇਂ ਜੋੜੇ ਵਿਆਹੇ ਹੋਏ ਆ, ਜਿਸ ਤਰ੍ਹਾਂ ਜਿਨ੍ਹਾਂ ਦੇ ਬੱਚਿਆਂ ਦੇ ਵਿਆਹ ਨਹੀਂ ਹੋਏ, ਉਹਨਾਂ ਵਾਸਤੇ ਜਿਹੜੇ ਲੋਹੜੀ ਮੰਗਣ ਆਉਂਦੇ ਆ ਲੜਕੇ ਲੜਕੀਆਂ, ਉਹਨਾਂ ਨੂੰ ਕਹਿੰਦੇ ਆ ਵੀ ਤੁਸੀਂ ਇਸ ਤਰ੍ਹਾਂ ਦੀ ਘੋੜੀਆਂ ਗਾਓ ਅਤੇ ਜਿਹਦੇ ਨਾਲ ਅਤੇ ਘੋੜੀਆਂ ਗਾਓ ਉਹਦੇ ਨਾਲ ਮਤਲਬ ਉਹਨਾਂ ਜਦੋਂ ਮੁਰਾਦ ਪੂਰੀ ਹੁੰਦੀ ਤਾਂ ਫਿਰ ਉਹ ਅਗਲੇ ਨਵੇਂ ਸਾਲ ਵਿੱਚ ਫਿਰ ਵੀ ਇਸੇ ਤਰ੍ਹਾਂ ਲੋਹੜੀ ਮੰਗਦੇ ਆ। ਮੇਰੇ ਨਾਲ ਇੱਥੇ ਹੋਰ ਵੀ ਹੈਗੇ ਭਾਈ, ਗੱਲਬਾਤ ਕਰ ਲੈਂਦੇ ਭਾਈ। ਕੀ ਨਾਮ ਤੁਹਾਡਾ ਜੀ? ਕੀ ਨਾਮ ਜੀ? ਮੇਰਾ ਨਾਮ ਮੌਲਾ ਜੀ। ਮੌਲਾ ਜੀ ਕਾਹਦਾ ਕੰਮ ਕਰਦੇ? ਆ ਮਹਾਰਾਜ ਲੋਹੜੀ ਲਾਉਂਦੇ ਆ ਜੀ, ਦੋ ਦਿਨ ਲਾਉਂਦੇ ਆ ਜੀ। ਕਿੱਦਾਂ ਲੋਹੜੀ ਦਾ ਇਸ ਵੇਲੇ ਮਜ਼ਾ? ਹਾਂ ਜੀ ਲੋਹੜੀ ਦਾ ਬੜਾ ਮਜ਼ਾ ਆਉਂਦਾ ਪਿਆ ਜੀ। ਕਿੰਨੇ ਕੁ ਗਾਹਕ ਆ ਗਏ ਆ? ਗਾਹਕ ਵਾਧੂ ਆਉਂਦੇ ਪਿਆ ਜੀ। ਤੇ ਕੀ ਰੱਖਿਆ ਤੁਸੀਂ? ਚਿੜੇ ਬੜੇ? ਚਿੜੇ ਬੜੇ ਸਾਡੇ ਕੋਲ ਜੀ ਰੇੜੀਆਂ ਹੈਗੀਆਂ ਜੀ, ਫੁੱਲੇ ਹੈਗੇ, ਮੂੰਗਫਲੀ ਹੈਗੀ ਆ, ਤਿਲ ਹੈਗੇ ਆ ਜੀ, ਗਚਕੇ ਹੈਗੀ ਆ ਜੀ, ਤੇ ਮਹਿੰਗਾਈ ਬਹੁਤ ਬਾਜ਼ਾਰ 'ਚ ਹੁੰਦੀ ਪਈ ਆ ਜੀ, ਤੇ ਗਾਹਕ ਨੂੰ ਬਹੁਤ ਮਹਿਸੂਸ ਹੁੰਦਾ ਪਿਆ ਮਹਿੰਗਾਈ ਹੋ ਗਈ ਆ। ਮਤਲਬ ਲੋਕ ਲੈ ਕੇ ਜਾ ਰਹੇ ਪਏ? ਕਿੰਨੇ ਲੈ ਕੇ ਜਾਂਦੇ ਪਏ ਆ? ਬਸ ਖੁਸ਼ ਹੋ ਕੇ ਲੈ ਕੇ ਜਾਂਦੇ ਪਏ ਆ, ਇਹਦੀ ਗੱਲ ਨਹੀਂ, ਕੋਈ ਵੀ ਦੁਖੀ ਹੋ ਕੇ ਨਹੀਂ ਕੋਈ ਲੈ ਕੇ ਜਾਂਦਾ ਪਿਆ, ਖੁਸ਼ ਹੋ ਕੇ ਲੈ ਕੇ ਜਾਂਦੇ ਪਏ। ਖੁਸ਼ ਹੋ ਕੇ ਲੈ ਕੇ ਜਾਂਦੇ? ਪਤਾ ਘੱਟ ਲੈ ਕੇ ਜਾਂਦੇ ਹੋਣੇ ਜਿਸ ਤਰ੍ਹਾਂ, ਹਨਾ? ਨਹੀਂ ਘੱਟ ਨਹੀਂ, ਚਲੋ ਜਿੰਨੀ ਚਾਹੀਦੀ ਗੱਲ ਨੂੰ ਉਨੀ ਲੈ ਕੇ ਜਾਂਦੇ, ਜਿੰਨੇ ਅੱਗੇ ਦੱਸ ਦਿਓ ਅਸੀਂ, ਉਹਨੇ ਹੁਣ 50 ਲਿਆਉਂਦੇ ਪਏ ਆ ਜੀ, 50 ਨੇ ਪਈਆ ਹੋ ਗਏ ਆ, ਪਹਿਲਾਂ 10 ਦੇ ਪਈਆ ਵੇਚ ਦਿੰਦੇ ਹਾਂ, 30 ਰੁਪਏ ਕਿਲੋ ਵੇਚ ਦਿੰਦੇ ਹਾਂ ਜੀ, 2000 ਰੋਜ਼ ਵਿੱਚ ਜੀ, ਅੱਜ ਮੇਰੇ ਹਿਸਾਬ ਨਾਲ 2024 ਆ ਜੀ, ਅੱਜ ਮੇਰੇ ਹਿਸਾਬ 200 ਰੁਪਏ ਕਿਲੋ ਹੋ ਗਿਆ ਜੀ, ਪਿਛਲੀ ਵਾਰੀ 160 ਵੇਚਦੇ ਹਾਂ, ਅੱਜ ਮੇਰੇ ਹਿਸਾਬ ਨਾਲ ਮਹਿੰਗਾਈ ਕਾਫੀ ਹੋ ਗਈ ਆ, ਮਹਿੰਗਾਈ ਜ਼ੋਰ ਹੋ ਗਿਆ ਜੀ। ਤੇ ਜਿਹੜੇ ਪਤੰਗਾਂ ਵਾਲੇ ਪਤੰਗ ਉਡਾ ਰਹੇ ਆ? ਉਹ ਪਤੰਗਾ ਬਹੁਤ ਘੱਟ ਉੱਡਦੀਆਂ ਪਈਆਂ, ਪਤੰਗ ਉੱਡਦੀਆਂ ਪਰ ਘੱਟ ਉੱਡਦੀਆਂ ਪਈਆਂ, ਸਾਨੂੰ ਲੈ ਕੇ ਘੱਟ ਆਉਂਦੀਆਂ ਪਈਆਂ ਲਾਗੋ ਵਾਲੀ, ਕਿਉਂਕਿ ਮਤਲਬ 2-2.5 ਦਾ ਟਮਾ ਹੋ ਗਿਆ, ਪਰ ਠੰਡ ਦਾ ਮੌਸਮ ਹੈ ਜੀ, ਸੂਰਜ ਦੇਵਤਾ ਨੇ ਦਰਸ਼ਨ, ਹਾਂ ਜੀ ਠੰਡ ਦਾ ਮੌਸਮ ਹੈ, ਸੂਰਜ ਦੇਵਤਾ ਨੇ ਮਤਲਬ ਦਰਸ਼ਨ ਦੇ ਲਏ ਤਾਂ ਕਰਕੇ। ਬਿਲਕੁਲ ਜੀ, ਅਸੀਂ ਵੱਖ ਵੱਖ ਦੁਕਾਨਦਾਰ ਔਰ ਜਿਹੜੇ ਸ਼ਹਿਰ ਜਿਹੜੇ ਸ਼ਹਿਰ ਵਾਸੀ ਉਹਨਾਂ ਨਾਲ ਗੱਲਬਾਤ ਕੀਤੀ ਹੈ, ਜੋ ਜੰਡਿਆਲਾ ਗੁਰੂ ਵਿੱਚ ਸ਼ਹੀਦ ਊਧਮ ਚੌਂਕ ਦੇ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਜਿਹੜੀਆਂ ਰੇਹੜੀਆਂ ਲੱਗੀਆਂ ਹੋਈਆਂ ਵਾ, ਔਰ ਰੋਹ ਦੀ ਰੇਹੜੀ ਲੱਗੀ ਹੋਈ ਆ, ਔਰ ਫੁੱਲਿਆਂ ਦੀ ਰੇਹੜੀ ਲੱਗੀ ਹੋਈ, ਔਰ ਪਤੰਗ ਬਾਜ਼ ਜਿਹੜੇ ਪਤੰਗਾਂ ਖਰੀਦਣ ਵਾਸਤੇ ਵੀ ਲੋਕ ਆ ਰਹੇ ਆ, ਲੇਕਿਨ ਅੱਜ ਜੰਡਿਆਲਾ ਗੁਰੂ ਵਿੱਚ ਜਿਹੜੇ ਪਤੰਗ ਬਾਜ਼ ਜਿਹੜੇ ਹੈਗੇ ਆ ਉਹਨਾਂ ਵਿੱਚ ਨਿਰਾਸ਼ਾ ਜ਼ਰੂਰ ਵੇਖੀ ਜਾ ਰਹੀ ਆ, ਕਿਉਂਕਿ ਅੱਜ ਸਵੇਰ ਦਾ 2-2.5 ਵਜੇ ਦਾ ਸਮਾਂ ਹੋ ਗਿਆ ਵਾ, ਪਰ ਅਜੇ ਤੱਕ ਸੂਰਜ ਦੇਵਤਾ ਦਾ ਦਰਸ਼ਨ ਨਹੀਂ ਹੋਏ, ਇਸ ਕਰਕੇ ਲੋਕਾਂ ਨੇ ਪਰਮਾਤਮਾ ਗਾੜੀ ਅਰਦਾਸ ਕਰਦੇ ਪਏ ਵੀ ਸੂਰਜ ਦੇਵਤਾ ਜਲਦੀ ਜਲਦੀ ਦਰਸ਼ਨ ਹੋਣ, ਤਾਂ ਗੁੱਡੀ ਜਿਹੜੀ ਆ ਹਵਾ ਵੀ ਖੁੱਲ੍ਹੀ ਵਧੀਆ ਚੱਲੇ, ਔਰ ਜਿਹੜੇ ਆ ਗੁੱਡੀਆਂ ਪਤੰਗਾਂ ਜਿਹੜੇ ਲੋਕ ਜਾ ਸਕਣ, ਔਰ ਰਾਤ ਨੂੰ ਜਿਹੜਾ ਭੁੱਗਾ ਵੀ ਲੋਕਾਂ ਨੇ ਦੱਸਿਆ ਵਾ ਵੀ ਭੁੱਗਾ ਵੀ ਬਾਲਿਆ ਜਾਊਗਾ, ਔਰ ਜਿਨ੍ਹਾਂ ਦੀ ਲੋਕਾਂ ਦੀ ਆਸਾ ਮੁਰਾਦਾ ਪੂਰੀ ਆ ਉਹ ਨਮਸਕਾਰ ਵੀ ਕਰਨਗੇ। ਜੰਡਿਆਲਾ ਗੁਰੂ ਤੋਂ ਲਿਵਿੰਗ ਡੇ ਚੈਨਲ ਵਾਸਤੇ ਅਸ਼ਵਨੀ ਸ਼ਰਮਾ ਦੀ ਰਿਪੋਰਟ।